ਨਾਭਾ ਦੇ ਵਿੱਚ ਬੰਦ ਕਮਰੇ ਦੇ ਵਿੱਚ ਬੱਚਿਆਂ ਦੇ ਵੱਲੋਂ ਚਲਾਏ ਪਟਾਕਿਆਂ ਤੋਂ ਬਾਅਦ ਬੈੱਡ ਨੂੰ ਅੱਗ ਲੱਗਣ ਤੋਂ ਬਾਅਦ ਮਾਂ ਸਮੇਤ ਖੁਦ ਦੋਵੇਂ ਮਾਸੂਮ ਬੱਚੇ ਅੱਗ ਦੀ ਚਪੇਟ ਦੇ ਵਿੱਚ ਆ ਗਏ ਅਤੇ 70% ਤੋਂ ਵੱਧ ਉਹਨਾਂ ਦੇ ਸਰੀਰ ਝੁਲਸ ਗਏ, ਜਿਨ੍ਹਾਂ ਨੂੰ 108 ਐਮਰਜੈਂਸੀ ਐਂਬੂਲੈਂਸ ਦੇ ਰਾਹੀਂ ਮਮਦੋੜ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਅਤੇ ਮੁੱਢਲੀ ਸਹਾਇਤਾ ਦੇ ਕੇ ਫਿਰੋਜ਼ਪੁਰ ਰੈਫਰ ਕਰ ਦਿੱਤਾ ਗਿਆ। ਬੱਚਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪਟਾਕੇ ਬੱਚੇ ਅੰਦਰ ਲੈ ਕੇ ਗਏ ਨੇ, ਕਹਿੰਦੇ ਨੇ ਪਟਾਕੇ ਦੇ ਜ਼ਰੀਏ ਲੱਗੀ ਹੈ ਵੀ ਪਟਾਕਾ ਬੱਚੇ ਨੇ ਚਲਾਇਆ ਅੰਦਰ ਉਸ ਕਾਰਨ, ਤੇ ਜਿਹੜੇ ਇਹਨਾਂ ਦੀ ਮੰਨ ਲੈ ਚਾਚੀਆਂ ਹੈਗੀਆਂ ਸੀ ਉਹ ਤਾਂ ਬਾਹਰ ਰੋਲਾ ਬਹੁਤ ਪਾਈ ਗਈਆਂ ਨੇ ਕਿਉਂਕਿ ਜਨਾਨੀਆਂ ਦਾ ਜਨਾਨੀਆਂ ਵਾਲਾ ਕੰਮ ਹੀ ਲੱਗੀ। ਕਿਵੇਂ ਅੱਗੇ ਇਕਦਮ ਪਟਾਕੇ ਨਾਲ ਹੀ? ਕਹਿੰਦੇ ਪਟਾਕਾ ਅੰਦਰ ਚਲਾਇਆ ਸੀ, ਮੋਮਬੱਤੀ ਕੋਲ ਸੀ, ਨਿੱਕੇ ਬੱਚਾ ਨੀ ਜਿਹੜਾ ਛੋਟਾ, ਤੇ ਕਮਰਾ ਉਹਨੇ ਬੰਦ ਕਰਤਾ ਸੀ ਵੀ ਬਾਹਰ ਰੋਕੇਗਾ ਕੋਈ ਪਟਾਕਾ ਚਲਾਉਣ, ਇਸ ਕਾਰਨ। ਕਿੰਨੇ ਜਣੇ ਜ਼ਖਮੀ ਹੋ ਗਏ? ਇਹ 3 ਜਣੇ ਜੀ, ਇੱਕ ਮਾਂ ਉਹਨਾਂ ਦੀ ਤੇ 2 ਬੱਚੇ, ਇਹ 3 ਜ਼ਖਮੀ ਹੋ ਗਏ ਨੇ। ਹੁਣ ਜੀ ਇਹਨਾਂ ਨੂੰ ਕੱਢਿਆ ਬਾਹਰ, ਹੁਣ ਕਿੱਥੇ ਭੇਜਿਆ ਗਿਆ? ਹੁਣ ਇਹਨਾਂ ਨੂੰ ਸ਼ਹਿਰ ਫਿਰੋਜ਼ਪੁਰ ਭੇਜਿਆ ਗਿਆ ਸਿਵਲ ਹੋਸਪਿਟਲ 'ਚ ਬੱਚਿਆਂ ਨੂੰ। ਬੱਚਾ ਪਰਮਿੰਦਰ ਕੌਰ, ਇੱਕ ਬੱਚਾ ਗੁਰਪ੍ਰੀਤ ਸਿੰਘ, ਘਰੇ ਪਟਾਕੇ ਪਟੂਕੇ ਲਿਆ ਨੇ, ਮਾਤਾ ਕੋਲ ਸੁੱਤੀ ਹੋਈ ਸੀ ਬੈੱਡ 'ਤੇ, ਅਤੇ ਬੈੱਡ ਦੇ ਉੱਤੇ ਪਟਾਕਾ ਚੱਲਣ ਅੱਗ ਲੱਗ ਗਈ ਸਾਰੇ ਕੱਪੜਿਆਂ ਨੂੰ, ਅਤੇ ਅੱਗ ਲੱਗਣ ਨਾਲ ਥੱਲੇ ਸਮਾਨ ਹੋਰ ਪਿਆ ਸੀ, ਬਹੁਤ ਸਮਾਨ ਸੜ ਗਿਆ। ਬੱਚਿਆਂ ਦੀ ਕੀ ਹਾਲਤ ਹੈ? ਬੱਚੇ ਬਹੁਤ ਚੰਗੀ ਤਰ੍ਹਾਂ ਸੜ ਗਏ ਨੇ ਦੋਨੋਂ ਬੱਚੇ, ਅਤੇ ਜਿਹੜੀ ਗੁਰਮੇਜ ਕੌਰ ਹੈ ਉਹ ਬਹੁਤ ਜ਼ਿਆਦਾ ਸੜ ਗਈ ਹੈ, ਸੀਰੀਅਸ ਕੇਸ ਹੋ ਗਿਆ, ਹੁਣ ਫਰੀਦਕੋਟ ਰੈਫਰ ਕਰ ਦਿੱਤਾ ਨੇ। ਮਰੀਜ਼ ਇੱਕ ਪਰਮਿੰਦਰ ਕੌਰ, ਉਮਰ 7 ਸਾਲ ਬੱਚੀ ਹੈਗੀ, ਇੱਕ ਗੁਰਪ੍ਰੀਤ 6 ਸਾਲ ਦਾ ਬੱਚਾ ਹੈਗਾ, ਪਤਾ ਨਹੀਂ ਪਟਾਕੇ ਚਲਾ ਰਹੇ ਸੀਗੇ ਅਤੇ ਪਟਾਕੇ ਨਾਲ ਇਹਨਾਂ ਨੂੰ ਬਰਨਸ ਹੋ ਗਏ ਜਾਂ ਜਲ ਗਏ ਇਹ, ਤਾਂ ਅਸੀਂ ਆਪਣੇ ਵੱਲੋਂ ਇਹਨਾਂ ਨੂੰ ਦਾਖਲ ਕਰ ਲਿਆ ਇੱਥੇ, ਸਿਲਵਰ ਸਲਫਾਡਾਇਜ਼ਿਨ ਅਤੇ ਇੰਜੈਕਸ਼ਨ ਵਗੈਰਾ ਐਂਟੀਬਾਇਟਿਕ ਲਗਾ ਕੇ ਆਪਣੇ ਫਸਟ ਏਡ ਦੇ ਕੇ ਇਹਨਾਂ ਨੂੰ ਅਸੀਂ ਸਿਵਲ ਵਾਸਤੇ ਰੈਫਰ ਕਰ। ਹਾਲਤ ਕਿਸ ਤਰ੍ਹਾਂ ਦੀ, ਕਿੰਨਾ ਕੁ ਜਲ ਗਿਆ? ਹਾਲਤ 70% ਜ਼ਿਆਦਾ ਲੱਗਦਾ ਇਹਨਾਂ ਨੂੰ ਜਲ ਗਏ ਹੋਣ, ਅਤੇ ਹਾਲਤ ਇਹਨਾਂ ਦੀ ਚਲੋ ਕ੍ਰਿਟੀਕਲ ਲੱਗਦੀ ਆ, ਤਾਂ ਅਸੀਂ ਰੈਫਰ ਕਰਤਾ ਇਹਨਾਂ ਨੂੰ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।